की नाम है तुहाडा? मेरा नाम राजा जी कंधवाला हजरखा, मेरा पिंड हलका जलालाबाद जी। सब तो पहला मैं सारे पंजाब नूं बधाई देना चाहुंदा जिन्हां ने बड़ा वड्डा आम आदमी पार्टी नूं एक फतवा दिता है जी। वड्डे वड्डे सांट आए है जी। देखो जिहड़े कहिंदे सी साडे पुछे बिना इत्थे परिंदा पर नहीं मारदा जी, अज 30,000 ते ठोकिया झोटा जलालाबाद तों जी। मैं तां इह लोकां नूं कहना चाहुंदा सां भी वध तों वध बड़ा वड्डा लोकां ने फतवा दिता आम आदमी पार्टी नूं, ते हुण जिहड़ा इन्हां ने वादे कीते ने उन्हां ते पूरे उतरन, ते लोकां दा जिहड़ा भरोसा उस तरह ही इन्हां नाल बनिया रहे जिस तरह हुण बनिया सी। वाहिगुरू जी का खालसा वाहिगुरू जी की फतेह। हाँ जी, मेरा नाम नरवैर सिंह जी, कमाल वाला पिंड जी हलका साडा जलालाबाद जी। अज सारे पंजाब नूं मैं वधाई देना चाहुंदा ते साडे भरा जगदीप कंबोज गोल्डी नूं जिहड़े बहुत वड्डी लीड ते जित प्राप्त कीती है, ਜਿਹੜੇ ਸਾਡੇ ਹਰੇਕ ਪਿੰਡ ਦੇ ਵਿੱਚ ਵਰਕਰ ਹੁੰਦੇ ਨੇ, ਸਾਡੇ ਪਿੰਡ ਦੇ ਵਿੱਚ ਵੀ ਵਰਕਰ ਸੀ ਜਿਹੜੇ ਕਹਿੰਦੇ ਸੀ ਤੁਹਾਨੂੰ ਕਿਹੜੀਆਂ ਵੋਟਾਂ ਪੈਣੀਆਂ, ਤੁਹਾਨੂੰ ਕਿਹੜੀਆਂ ਵੋਟਾਂ ਪੈਣੀਆਂ। ਅੱਜ ਸਾਰੇ ਨਗਰ ਨੇ ਸਾਰੇ ਹਲਕੇ ਨੇ ਸਾਬਤ ਕਰ ਦਿੱਤਾ ਵੀ ਹਮੇਸ਼ਾ ਸਰਕਾਰ ਵੋਟਾਂ ਨਾਲ ਹੀ ਬਣਦੀ ਹੈ। ਇਹਨਾਂ ਨੂੰ ਐਂ ਲੱਗਦਾ ਸੀ ਵੀ ਜਿੱਥੇ ਅਸੀਂ ਖੜ ਗਏ ਉੱਥੇ ਸਾਨੂੰ ਵੋਟਾਂ ਐਟੋਮੈਟਿਕਲੀ ਪੈ ਜਾਣੀਆਂ, ਪਰ ਅੱਜ ਲੋਕਾਂ ਨੇ ਇਹਨਾਂ ਦਾ ਵਹਿਮ ਕੱਢਤਾ ਵੀ ਲੋਕ ਹੀ ਸਰਕਾਰ ਬਣਾਉਂਦੇ ਨੇ, ਲੋਕ ਹੀ ਸਰਕਾਰ ਢਾਉਂਦੇ ਨੇ, ਅਤੇ ਬੜੀ ਮਾਣ ਵਾਲੀ ਗੱਲ ਹੈ ਜੀ। ਅਸੀਂ ਵੀਰ ਜਗਦੀਪ ਕੰਬੋਜ ਗੋਲਡੀ ਦੇ ਨਾਲ ਹਮੇਸ਼ਾ ਸੀ, ਹਮੇਸ਼ਾ ਰਹਾਂਗੇ, ਅਤੇ ਆਮ ਆਦਮੀ ਪਾਰਟੀ ਦੀ ਬਹੁਤ ਵੱਡੀ ਜਿੱਤ ਹੋਈ ਹੈ। ਮੈਂ ਇੰਨਾ ਹੀ ਕਹਿਣਾ ਚਾਹਾਂਗਾ, ਵਾਹਿਗੁਰੂ ਜੀ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਜਗਦੀਪ ਕੰਬੋਜ ਗੋਲਡੀ ਵੀਰ ਨੂੰ ਸਭ ਤੋਂ ਪਹਿਲਾਂ ਵਧਾਈ ਦਿੰਦਾ, ਵਧਾਈ ਦੇ ਪਾਤਰ ਨੇ, ਅਤੇ ਸਾਰੀ ਆਮ ਆਦਮੀ ਪਾਰਟੀ ਨੂੰ ਵੀ ਕੰਗਰੈਚੁਲੇਸ਼ਨ ਜਿਨ੍ਹਾਂ ਨੇ ਬਹੁਤ ਵੱਡਾ ਇਤਿਹਾਸ ਰਚਿਆ ਜੀ ਪੰਜਾਬ ਦੇ ਵਿੱਚ। ਪੰਜਾਬ ਦੇ ਵਿੱਚ ਇੱਕ ਥੰਮ ਬਣ ਜਿਹੜੇ ਗਿਣਦੇ ਸੀ ਆਪਣੇ ਆਪ ਨੂੰ, ਉਹਨਾਂ ਨੂੰ ਢਾਇਆ ਗਿਆ ਜੀ ਜੀ। ਇਹ ਕੋਈ ਕਿਸੇ ਦੇ ਘਰ ਦੀ ਪਾਰਟੀ ਨਹੀਂ ਹੁੰਦੀ, ਕੋਈ ਆਪਣੇ ਮੁੱਠੀ ਦੇ ਵਿੱਚ ਬੰਦ ਕੀਤੀ ਫਿਰਦੇ ਸੀਗੇ ਵੀ ਸਾਡੀ ਪਾਰਟੀ ਹੈ। ਇਹ ਵੀਰ ਜੀ ਲੋਕਾਂ ਦੀ ਚੁਣੀ ਹੋਈ ਪਾਰਟੀਆਂ ਜੀ। ਇੱਥੇ ਤੁਹਾਨੂੰ ਉਤਸ਼ਾਹ ਵੇਖਿਆ, ਤੁਸੀਂ ਆਮ ਆਦਮੀ ਨੂੰ ਬਹੁਮਤ ਨਾਲ ਤੁਸੀਂ ਕਹਿ ਸਕਦੇ ਹੋ ਇੰਨੀਆਂ ਬਹੁਤ ਸੀਟਾਂ ਮਿਲੀਆਂ ਜਿਨ੍ਹਾਂ ਦਾ ਵਿੱਚ ਕਿ ਸਭ ਤੋਂ ਜ਼ਿਆਦਾ ਲੋਕਾਂ ਦਾ ਪਿਆਰ ਹੈ। ਕੋਈ ਕਿਸੇ ਨੂੰ ਕਿਸੇ ਧੱਕੇਸ਼ਾਹੀ ਨਾਲ ਨਹੀਂ, ਨਾ ਕੋਈ ਦਾਰੂ ਪਿਆ ਕੇ, ਨਾ ਕੋਈ ਪੈਸਾ ਦੇ ਕੇ ਲਾਲਚ ਵਿੱਚ ਲਿਆ ਕੇ ਵੋਟਾਂ ਪਵਾਈਆਂ ਗਈਆਂ, ਹਾਲਾਂਕਿ ਇਹ ਲੋਕਾਂ ਨੇ ਆਮ ਬੰਦੇ ਬਣ ਕੇ ਆਮ ਵਰਕਰ ਬਣ ਕੇ ਆਪਣਾ ਵੋਟਾਂ ਪਾਈਆਂ, ਜਿਨ੍ਹਾਂ ਨਾਲ ਬਹੁਤ ਵੱਡਾ ਫਤਵਿਆਂ ਦੇ ਨਾਲ ਇਹ ਜੋ ਮੁਕਾਮ ਇਹ ਹਾਸਲ ਕੀਤੇ ਗਏ ਨੇ। ਇਸੇ ਕਰਕੇ ਮੈਂ ਸਾਰਿਆਂ ਦਾ ਤਹਿ ਦਿਲੋਂ ਭਾਈਚਾਰੇ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇੰਨੀ ਵੱਡੀ ਲੀਡਾਂ ਦੇ ਨਾਲ ਆਮ ਆਦਮੀ ਪਾਰਟੀ ਨੂੰ ਜਿਤਾਇਆ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।